ਅੱਜ ਤੁਸੀਂ ਬਾਰੀ ਕਿੱਦਾਂ ਬਦਲ ਲਈ? ਹਾਂਜੀ ਅਮਾ। ਹਾਂ, ਝਾੜੂ ਤਾਂ ਉਹ ਫੇਰਦੀ ਹੁੰਦੀ ਐ ਇੰਪਲ। ਉਹ ਮੈਂ ਠੀਕ ਨਹੀਂ ਹੋ ਰਾਤ ਦੀ। ਕੀ ਗੱਲ ਹੋਈ? ਰਾਤੀ ਸਿਰ ਜਿਹਾ ਬਹੁਤ ਹੋਦਾ ਸੀਗਾ ਤੇ ਹੁਣ ਕਹਿੰਦੀ ਠੀਕ ਜਾ ਨਹੀਂ, ਉਹ ਲੰਮੀ ਪਈ ਹੋ ਹਜੇ। ਮੈਂ ਚੱਲ ਤੂੰ ਰੈਸਟ ਕਰ ਲੈ, ਕੋਈ ਨਹੀਂ। ਚੱਲ ਠੀਕ ਆ। ਹਾਂਜੀ, ਆਟਾ ਮਾ ਮੈਂ ਗੁੰਨਿਆ ਆ, ਤੁਸੀਂ ਰੋਟੀ ਬਣਾ ਲੈਂਦੇ ਖੜੇ ਖੜੇ। ਮੈਂ ਸਫਾਈ ਕਰਕੇ ਕੱਪੜੇ ਜੇ ਧੋਣੇ ਸੀ। ਮੇਰਾ ਤਾਂ ਅੱਗੇ ਕੁੜੀਆ ਲੱਕ ਬਹੁਤ ਹਦਾ, ਮੇਰੇ ਤੋਂ ਖੜੀਆ ਕਿ ਰੋਟੀ ਨਹੀਂ ਪੱਕਣੀ ਹੈਗੀ। ਦੋ ਜਣੀਆਂ ਤੁਸੀਂ, ਚਾਹੇ ਪਕਾਓ ਚਾਹੇ ਨਾ ਪਕਾਓ, ਪਕਾਓ ਉੱਥੇ ਖੜੀ ਹੋ ਕੇ ਰੋਟੀ। ਚਲੋ ਕੋਈ ਨਹੀਂ ਅਮਾ, ਮੈਂ ਬਣਾ ਲਊਂਗੀ ਆਪੇ ਹੀ ਫਿਰ ਝਾੜੂ ਫੇਰ ਕੇ। ਤਾਂ ਹੋਰ ਬਣਾ ਲਈ? ਪਰ ਮੈਨੂੰ ਟਾਈਮ ਲੱਗ ਜਾਣਾ ਥੋੜਾ, ਰੋਟੀ ਨੂੰ ਤਾਂ ਮੈਂ ਕਾਲੀ ਨਾ ਪਾਇਓ। ਕੋਈ ਨਹੀਂ, ਦੋ ਜਣੀਆਂ ਲਿਆਂਦੀਆਂ, ਜੇ ਮੈਂ ਹੀ ਰੋਟੀਆਂ ਪਾਉਣੇ ਤੁਹਾਨੂੰ ਦੋ ਜਣੀਆਂ ਨੂੰ ਕੀ ਕਰਨਾ? ਦਾਣਾ ਸੇਬ ਤਾਂ ਕੇਲੇ ਖਾਂਦੀਆਂ ਸਾਹ ਨਹੀਂ ਲੈਂਦੀਆਂ ਹੈਗੀਆਂ, ਐਨੇ ਨਾਲ ਦੌੜਦੀਆਂ ਆ, ਉਦੋਂ ਇਹਨਾਂ ਦਾ ਕੁਛ ਨਹੀਂ ਦੁਖਦਾ। ਹੁਣ ਉੱਥੇ ਤਾਂ ਸਿਹਤ ਨਹੀਂ ਠੀਕ ਹੈਗੀ, ਐਵੇਂ ਪਰਖੰਡ ਕਰਦੀਆਂ ਫਿਰਦੀਆਂ। ਕੁੜੀਆ ਕਿੱਦਾਂ, ਠੀਕ ਆ ਤੂੰ? ਹੁਣ ਕੀ ਗੱਲ ਹੋਈ ਆ? ਕੁਛ ਨਹੀਂ ਮੰਮੀ, ਰਾਤੀ ਸਿਰ ਜਿਹਾ ਬਹੁਤ ਦੁਖਦਾ ਸੀਗਾ, ਹੁਣ ਤਾਂ ਠੀਕ ਆ ਫੜ ਕੇ। ਚੱਲ ਠੀਕ ਆ। ਰੰਭਾ ਤੂੰ ਉੱਠੇ ਗਈ, ਲੰਮੀ ਪੈ ਲੈਣਾ ਸੀਗਾ। ਜਦੋਂ ਲੰਮੀ ਪੈ ਕੇ ਹੋਰ ਤਰ੍ਹਾਂ ਹੁੰਦੀ ਆ ਜ਼ਿਆਦਾ। ਹਾਂ, ਫਰ ਗਿਆ ਉਦਾਂ ਹੁਣ? ਹੁਣ ਤਾਂ ਥੋੜ੍ਹਾ ਫਰ ਗਿਆ। ਹਾਂਜੀ। ਅੱਛਾ ਅੱਛਾ, ਲਿਓ ਮੈਂ ਕਰਦੀ ਹਾਂ ਕੰਮ। ਨਾ ਨਾ, ਬਸ ਸਫਾਈ ਕਰ ਲਈ ਆ, ਮੈਂ ਰੋਟੀ ਲੱਗੀ ਸੀ ਬਣਾਉਣ। ਹਾਂ ਕੋਈ ਨਹੀਂ, ਮੈਂ ਬਣਾਉਂਦੀ ਹਾਂ ਫਿਰ। ਨਾ ਨਾ ਕੋਈ ਨਹੀਂ, ਮੈਂ ਬਣਾਉਂਦੀ, ਮੈਂ ਪਾ ਕੇ ਦੇ ਦੀ ਨਾਲ ਨਾਲ, ਮੈਂ ਲੱਗੀ ਹਾਂ ਬਣਾਉਣ ਬਸ। ਕੀ ਗੱਲ ਹੋਈ ਦੀਦੀ, ਥੱਲੇ ਰੌਲਾ ਬੜਾ ਪੈਂਦਾ ਸੀਗਾ, ਮੰਮੀ ਕਹਿੰਦੇ ਸੀ। ਓਏ ਰੌਲਾ ਕੀ ਪੈਣਾ ਰਹਿੰਦਾ? ਮੈਂ ਕਿਹਾ ਮੰਮੀ ਆਟਾ ਗੁੰਨਿਆ ਆ, ਵੀ ਚਲ ਤੁਸੀਂ ਰੋਟੀ ਬਣਾ ਲਿਓ। ਫਿਰ ਮੰਮੀ ਤਾਂ ਗੁੱਸੇ ਹੋਣ ਆਪੇ। ਕਾਹਤੋਂ? ਹਾਂ ਕਹਿੰਦੇ ਮੇਰੇ ਤੋਂ ਨਹੀਂ ਖੜੇ ਹੋ ਕੇ ਪੱਕਦੀਆਂ, ਆਪੇ ਪਕਾਓ ਚਾਹੇ ਨਾ ਪਕਾਓ। ਤਾਂ ਭਲਾ, ਫਿਰ ਕੀ ਵਾਰ ਜੇ ਬਣਾ ਵੀ ਲੈਂਦੇ ਤਾਂ ਪਤਾ ਹੀ ਆ ਕਿ ਉਹ ਠੀਕ ਨਹੀਂ ਹੈਗੀ। ਮੈਂ ਕਿਹਾ ਚਲ ਕੋਈ ਨਹੀਂ, ਮੈਂ ਸਫਾਈ ਤਾਂ ਕਰ ਹੀ ਲਈ ਆ, ਮੈਂ ਬਣਾ ਲੈਣੀ ਆਪੇ। ਮੈਂ ਕਿਹਾ ਰਹਿਣ ਦਿਓ ਤੁਸੀਂ, ਕੋਈ ਨਹੀਂ। ਅਤੇ ਮੰਮੀ ਨੇ ਕੱਲ੍ਹ ਜਦੋਂ ਦੌੜ ਕੇ ਆਏ ਆ ਤਾਂ ਉਦੋਂ ਨਹੀਂ ਉਹਨਾਂ ਦਾ ਕੁਛ ਵੀ ਹੋਇਆ? ਰੀਸਾ ਤਾਂ ਬਹੁਤ ਕਰਦੇ ਆ। ਚਲ ਕੋਈ ਨਾ, ਹੁਣ ਕਹੀਏ ਤਾਂ ਗੱਲ ਤਾਂ ਦੇਖ ਲਓ ਮੁੱਕਰ ਹੀ ਜਾਂਦੇ ਆ। ਫਿਰ ਮੈਂ ਕਹਿ ਦਿੰਦੀ ਆ ਕਿ ਮੈਂ ਤਾਂ ਕੀਤਾ ਹੀ ਨਹੀਂ ਕੁਛ, ਮੈਨੂੰ ਤਾਂ ਐਵੇਂ ਪਤਾ ਹੀ ਨਹੀਂ ਕੁਛ ਕਿਸੇ ਗੱਲ ਦਾ। ਤਾਂ ਫਰੂਟਾਂ ਤੇ ਤਾਂ ਮੁੱਕਰ ਗਏ, ਕੇਲੇ ਤਾਂ ਖਾ ਗਏ, ਪਤਾ ਹੀ ਨਹੀਂ ਕਿੱਧਰ ਗਏ। ਹਾਂ, ਉਹ ਸਾਡੇ ਨਾਲ ਲੱਗ ਗਿਆ। ਚਲ ਕੋਈ ਨਹੀਂ, ਮੈਂ ਬਣਾਉਂਦੀ ਹਾਂ ਫਿਰ। ਮੇਰੇ ਕੋਲ ਦੀਦੀ ਪਲੈਨ ਆ, ਦੇਖੇ ਤਾਂ ਮੰਮੀ ਨੂੰ ਦੌੜ ਦੌੜ ਕੇ ਕੰਮ ਕਰਨਾ। ਖਾਦਾ ਆਪਾਂ ਕਹਿੰਦੇ ਹਾਂ ਕਿ ਸਾਡਾ ਜਿਮ ਵਾਲਾ ਜਿਹੜਾ ਮੁੰਡਾ ਆ ਅੰਕਲ, ਤੇ ਉਹ ਇੱਦਾਂ ਕਹਿੰਦਾ ਆ ਕਿ ਜੇ ਘਰ ਦਾ ਕੰਮ ਕਰਦੇ ਹਾਂ ਤਾਂ ਕੋਈ ਵਧੀਆ ਰਹਿਣਾ ਆ, ਨਾਲ ਜਲਦੀ ਜਲਦੀ ਪਤਲੀਆਂ ਹੋਣਾ, ਇੱਦਾਂ ਵਧੀਆ ਰਹਿਣਾ ਤੁਸੀਂ। ਮੰਮੀ ਨੂੰ ਪਿੱਛੇ ਲੱਗ ਕੇ ਕੰਮ ਕਰਨਾ? ਹਾਂ, ਇੱਥੇ ਕੇ ਜਾ ਕੇ ਗੱਲ ਕਰਦੇ, ਸੁਣ ਜਾਣਾ ਮੰਮੀ ਨੂੰ। ਅੱਛਾ, ਫਿਰ ਦੇਖਦੇ ਮੰਮੀ ਪਿੱਛੇ ਲੱਗਦੇ ਕਿ ਨਹੀਂ, ਹੋਰਾਂ ਗੱਲਾਂ ਦੇ ਤਾਂ ਪਿੱਛੇ ਬਥੇਰਾ ਲੱਗਦੇ ਆ। ਹਾਂ ਚੱਲ, ਮੈਂ ਆਉਂਦੀ ਹਾਂ, ਰੁੱਕ ਜਾ ਦੋ ਮਿੰਟ। ਦੀਦੀ। ਹਾਂਜੀ। ਉਹ ਜਿਹੜਾ ਜਿਮ ਵਾਲਾ ਮੁੰਡਾ ਨਹੀਂ ਸੀਗਾ? ਹਾਂ। ਤੇ ਉਹ ਕਹਿੰਦਾ ਸੀ, ਉਹਦਾ ਫੋਨ ਆਇਆ ਸੀਗਾ, ਮੈਂ ਉਹਨੂੰ ਦੱਸਿਆ ਵੀ ਸੀਗਾ, ਮੈਂ ਕਿਹਾ ਮੇਰੀ ਸਿਹਤ ਨਹੀਂ ਠੀਕ। ਕਹਿੰਦੇ ਸਿਹਤ ਪਹਿਲਾਂ ਪਹਿਲਾਂ ਖਰਾਬ ਹੁੰਦੀ ਹੁੰਦੀ ਆ ਜਿਮ ਆਉਣ ਕਰਕੇ, ਤਾਂ ਤੁਸੀਂ ਕਹਿੰਦੇ ਐਵੇਂ ਨਾ, ਕਹਿੰਦੇ ਢੇਰੀ ਢਾਓ, ਕਹਿੰਦੇ ਘਰ ਦਾ ਜਿੰਨਾ ਕੰਮ ਹੋ ਸਕੇ ਨਾ ਉਨਾ ਹੀ ਕਰੋ, ਕਹਿੰਦਾ ਦੌੜ ਦੌੜ ਕੇ ਆਪਾਂ ਤਾਂ ਕਰਦੇ ਹੀ ਆ ਸਾਰਾ, ਹੋਰ ਕੀ, ਕਹਿੰਦੇ ਸਾਰਾ ਹੀ ਕੰਮ ਕਰੋ ਤਾਂ ਕਹਿੰਦੇ ਦੇਖੋ ਕਿੰਨਾ ਵਧੀਆ ਰਿਜ਼ਲਟ ਆਉਣਾ। ਅੱਛਾ, ਇਹ ਗੱਲ ਆ, ਕੋਈ ਨਹੀਂ, ਤੁਸੀਂ ਤਾਂ ਕਹਿੰਦੇ ਦਿਨਾਂ 'ਚ ਵਧੀਆ ਫਿੱਟ ਹੋ ਜਾਣਾ ਆ। ਆਪਾਂ ਜਲਦੀ ਉੱਠ ਕੇ ਨਾ ਸਾਰਾ ਹੀ ਕੰਮ ਕਰ ਲੈਣਾ, ਜਲਦੀ ਜਲਦੀ ਕਰਕੇ ਫੇਰ ਆਪਾਂ ਕਰਾਂਗੇ ਬਾਕੀ। ਹਾਂ, ਸਾਰਾ ਦਿਨ ਆਪਾਂ ਕੰਮ ਹੀ ਘਰ ਦਾ ਕਰਨਾ, ਹੋਰ ਨਹੀਂ ਕੁਛ ਕਰਕੇ, ਤਾਂ ਕੱਲ ਨੂੰ ਫੇਰ ਆਪਾਂ ਨਾਲੇ ਬਾਜ਼ਾਰ ਨੂੰ ਵੀ ਜਾਣਾ। ਸਹੀ ਆ, ਚਲੋ। ਹਾਂ ਹਾਂ ਠੀਕ ਹੈ, ਇੱਦਾਂ ਹੀ ਕਰਨਾ ਆਪਾਂ, ਪਾ ਦੇ ਮੰਮੀ ਨੂੰ। ਚਲੋ, ਹਾਂ ਦੇਖ ਲਾ, ਸੱਚੀ ਜਿਮ ਵਾਲਾ ਮੁੰਡਾ ਇਹਨਾਂ ਨੂੰ ਕਹਿੰਦਾ ਹੋਣਾ ਆ ਵੀ ਦਬ ਦਬ ਕੰਮ ਘਰ ਦਾ ਸਾਰਾ ਕਰਿਆ ਕਰੋ, ਤਾਂ ਫਿਰ ਇਹ ਪਤਲੀਆਂ ਹੋਣਾ, ਤਦੇ ਇਹ ਰੁਚੀ ਲਾ ਕੇ ਇੰਨਾ ਕੰਮ ਕਰਦੀਆਂ ਤਾਂ ਪਤਲੀਆਂ ਹੋਈ ਜਾਂਦੀਆਂ। ਕੋਈ ਨਹੀਂ, ਫਿਰ ਹੁਣ ਸਵੇਰ ਨੂੰ ਮੈਂ ਵੀ ਸਾਜਰੇ ਉੱਠ ਕੇ ਸਾਰਾ ਕੰਮ ਕਰ ਲੈਣਾ, ਝਾੜੂ ਪੋਚਾ ਦਬ ਦਬ, ਇਹਨਾਂ ਦੇ ਸੁੱਤੀਆਂ ਸੁੱਤੀਆਂ, ਫਿਰ ਦੇਖੂੰਗੀ ਉੱਠ ਕੇ। ਆਹੋ, ਮੈਂ ਵੀ ਤਾਂ ਹੁਣ ਪਤਲੀ ਹੋਣਾ ਹੀ। ਵਾਹਿਗੁਰੂ ਜੀ, ਸਤਰਾ ਵਾਹਿਗੁਰੂ। ਦੇਖੋ ਟਾਈਮ ਕਿੰਨਾ ਕੁ ਹੋ ਗਿਆ, ਅੱਜ ਤਾਂ 5 ਵਜੇ ਆ। ਉੱਠ ਕੇ ਦੇਖਦੀ ਹਾਂ, ਉਹਨਾਂ ਦੇ ਬੂਹੇ ਖੁੱਲ੍ਹੇ ਤਾਂ ਨਹੀਂ ਗੇ, ਨਹੀਂ ਤਾਂ ਮੈਂ ਸਵੇਰੇ ਸਾਰਾ ਹੀ ਕੰਮ ਕਰ ਲੈਣਾ ਇਹਨਾਂ ਦੇ ਸੁੱਤੀਆਂ ਸੁੱਤੀਆਂ। ਮੈਂ ਤਾਂ ਸੁੱਤੀਆਂ ਹੀ ਹਾਂ, ਹੁਣ ਮੈਂ ਇੱਦਾਂ ਕਰਨਾ ਦਬਦਾ ਝਾੜੂ ਪੋਚਾ ਕਰ ਲਵਾਂ। ਹਾਂ,
हाँ चलो ले झाड़ू थलियो हाए अगे तो लक दुखदा सी हुण ज़्यादा ही लापया दुखना कोई नहीं हार तो मैं भी नहीं मननी हुण कोई नहीं सारा काम मैं भी अज कर देना पतली भी तो मैं ही हुण कोई गल नहीं हुण पोचा भी दबा दा फेर देना ਪਰ ਪੌੜੀਆਂ ਠੰਡੀਆਂ ਠੰਡੀਆਂ ਜਿਹੀਆਂ ਲੱਗਦੀਆਂ ਜਿਹਦਾ ਪੋਚਾ ਫੇਰਿਆ ਹੁੰਦਾ ਮੈਨੂੰ ਤਾਂ ਫਨੈਲ ਦੀ ਸਮੈਲ ਆ ਜਾਂਦੀ ਕਿਸੇ ਸ਼ਗੀਮ ਲਾੜੀ ਤਾਂ ਨਹੀਂ ਗਈ ਸੱਚੀ ਦੇਖੋ ਮੈਂ ਤਾਂ ਤੁਹਾਨੂੰ ਕਹਿੰਦੀ ਸੀਗੀ ਦੇਖੋ ਤਾਂ ਹੀ ਲੈ ਰਿੰਪਲ ਸਫਾਈਆਂ ਪੋਚੇ ਛੱਡ ਕੇ ਸਾਰਾ ਕੁਝ ਹੀ ਕੀਤਾ ਹੈ ਇਹਨੂੰ ਵੀ ਬਾਹਰ ਕੱਢ ਦਿੱਤਾ ਮਾਤਾ ਨਹੀਂ ਮੈਨੂੰ ਲੱਗਦਾ ਇਹ ਸਫਾਈ ਤਾਂ ਰਿੰਪਲ ਸਾਰੀ ਕਰ ਦਿੱਤੀ ਆ ਹਾਂ ਦੇਖਾ ਰਸੋਈ 'ਚ ਕੀ ਕੀਤਾ ਲੈ ਭਾਂਡੇ ਵੀ ਧੋਤੇ ਹੋਏ ਹੈ ਨਾ ਸਾਰੀ ਸਫਾਈ ਹੋਰ ਛੱਡੋ ਆਟਾ ਵੀ ਗੋਨ ਦਿੱਤਾ ਮਾਤਾ ਨੇ ਤਾਂ ਆਪਣੀਆਂ ਮੋਜਾਂ ਅੱਜ ਹੁਣ ਆਪਾਂ ਕੀ ਕਰੀਏ ਫਿਰ ਕਿੱਥੇ ਗਏ ਮੰਮੀ ਆਪਾਂ ਕੁਛ ਨਹੀਂ ਆਪਾਂ ਚੱਲੀਏ ਆਪਾਂ ਮੰਮੀ ਤਾਂ ਦੇਖੀ ਕਿੱਥੇ ਗਏ ਆ ਹੈ ਤਾਂ ਹੈ ਨਹੀਂ ਇੱਥੇ ਬੈਠੇ ਮੈਂ ਦੇਖਦੀ ਹਾਂ ਬਾਹਰ ਚੱਲ ਵਧੀਆ ਹੀ ਆ ਅੱਜ ਕੰਮ ਹੋ ਗਿਆ ਆ ਘੁੰਮ ਕੇ ਆਵਾਂਗੇ ਤਸੱਲੀ ਨਾਲ ਲੈ ਰਿੰਪਲ ਮੰਮੀ ਤਾਂ ਸੈਰ ਕਰਦੇ ਆ ਹਾਂ ਹੋਰ ਮੈਨੂੰ ਲੱਗਦਾ ਮਾਤਾ ਨੇ ਆਪਣੇ ਦਿਲ ਨਾਲੋਂ ਵੀ ਜ਼ਿਆਦਾ ਪਤਲੇ ਹੋ ਜਾਣਾ ਸਹੀ ਗੱਲ ਹੈ ਹੁਣ ਮੰਮੀ ਆਉਂਦੇ ਆ ਤਾਂ ਫਿਰ ਪੁੱਛਦੇ ਆ ਕੀ ਹੋਇਆ ਅੱਜ ਨਾਲੇ ਉਹਨਾਂ ਨੇ ਕਿਹੜਾ ਆ ਕੇ ਦੱਸਣਾ ਆ ਚੱਜ ਨਾ ਕਿ ਮੈਂ ਕਾਹਤੋਂ ਮੈਂ ਕੰਮ ਕੀਤਾ ਆ ਸਹੀ ਗੱਲ ਹੈ ਮੰਮੀ ਜਿੰਨਾ ਮਰਜ਼ੀ ਪੁੱਛੀ ਜਾਇਓ ਚੱਲ ਆਪਣਾ ਕੰਮ ਹੋ ਗਿਆ ਆਪਾਂ ਨੂੰ ਕੀ ਅੱਜ ਆਪਾਂ ਇੱਦਾਂ ਕਰਨੀ ਦੀਦੀ ਅੱਜ ਸੰਡੇ ਆ ਅੱਜ ਛੁੱਟੀ ਕਰਦੇ ਆ ਸੈਰ ਨਹੀਂ ਕਰਨੀ ਤੇ 5:45 ਹੋਏ ਆ ਜੇ ਲਾਈਟ ਤਾਂ ਚਲਾਵਾਂ ਕਿੰਨੇ ਹਨੇਰਾ ਜਾ ਆ ਨਾਲੇ ਉੱਦਾਂ ਵੀ ਫਿਰ ਬਾਜ਼ਾਰ ਨੂੰ ਵੀ ਜਾਣਾ ਆ ਫਿਰ ਬਾਅਦ ਵੀ ਥੱਕ ਜਿਹਾ ਹੋ ਜਾਣਾ ਆਪਣੇ ਕੋਲ ਨਾ ਅੱਜ ਰਹਿਣ ਹੀ ਦਿੰਦੇ ਅੱਜ ਘੁੰਮ ਕੇ ਆਉਂਦੇ ਆਪਾਂ ਬਾਹਰ ਆਈ ਆਈ ਗਏ ਮੰਮੀ ਹਾਂਜੀ ਤੁਸੀਂ ਕਿੱਥੇ ਗਏ ਸੀ ਅੰਮਾ ਸਵੇਰੇ ਮੈਂ ਜਰ ਕਾਂ ਵੀ ਨਹੀਂ ਲਗਾਈ ਸੀ ਅੱਛਾ ਅੱਜ ਮੈਂ ਤੂੰ ਜਲਦੀ ਉੱਠ ਗਿਆ ਸੀ ਤਾਂ ਹੋਰ ਮੈਨਾਂ ਨੀਂਦ ਨਹੀਂ ਆਈ ਰਾਤੀ ਦਾਣਾ ਤੋੜਾ ਖੋਈ ਜੇ ਲੱਗੀ ਰਹੀ ਕੀ ਹੋਇਆ ਸਿਹਤ ਠੀਕ ਹੈ ਸਿਹਤ ਤਾਂ ਠੀਕ ਆ ਫਿਰ ਮੈਂ ਉੱਠ ਗਈ ਤੜਕੇ ਅੱਛਾ ਹੋਰ ਉੱਠ ਕੇ ਮੈਂ ਕਿਹਾ ਚੱਲ ਹੁਣ ਕੀ ਕਰਨਾ ਆ ਵਿਹਲੀ ਨੇ ਵੀ ਝਾੜੂ ਪੋਚਾ ਕਰ ਲੈਂਦੀ ਹਾਂ ਤੁਸੀਂ ਤਾਂ ਕੰਮ ਹੀ ਕਰ ਲਿਆ ਸਾਰਾ ਅਸੀਂ ਕਿਹਾ ਪਤਾ ਨਹੀਂ ਝਾੜੂ ਪੋਚਾ ਕਰਕੇ ਤਾਂ ਉਹਦਾ ਫਿਰ ਮੈਂ ਆਟਾ ਗੁੰਨਿਆ ਅਸੀਂ ਮੈਂ ਕਰੀ ਲੈਣਾ ਹੀ ਕੰਮ ਤੁਸੀਂ ਕਾਹਤੇ ਲੱਗੇ ਰਹੇ ਨਹੀਂ ਹੁਣ ਤੁਸੀਂ ਇੱਦਾਂ ਕਰੋ ਤੁਸੀਂ ਕਹਿੰਦੀ ਅਸੀਂ ਜਾਣਾ ਆ ਅਸੀਂ ਕਿਤੇ ਬਾਜ਼ਾਰ ਨੂੰ ਤਾਂ ਤੁਸੀਂ ਤਿਆਰ ਹੋ ਜਾਵੋ ਚਾਹ ਪਾਣੀ ਪੀ ਕੇ ਨਹੀਂ ਰੋਟੀ ਬਣਾ ਲੈਂਦੇ ਨਹੀਂ ਰੋਟੀ ਨਹੀਂ ਰੋਟੀ ਮੈਂ ਪਕਾਰਾਣੀ ਆ ਕੋਈ ਗੱਲ ਨਹੀਂ ਸਾਰਾ ਕੰਮ ਮੈਂ ਤੁਸੀਂ ਕਰਨਾ ਤੁਸੀਂ ਕਿੱਦਾਂ ਤੁਹਾਡਾ ਤਾਂ ਲੱਕ ਦੁਖਦਾ ਤੁਸੀਂ ਕਿਤੇ ਖੜੇ ਹੋ ਕੋਈ ਗੱਲ ਨਹੀਂ ਮੈਂ ਪਕਾ ਲੈਣੀਆਂ ਰੋਟੀਆਂ ਤਾਂ ਤੁਸੀਂ ਚਾਹ ਪਾਣੀ ਪੀ ਲਓ ਤਾਂ ਤਿਆਰ ਹੋ ਜਾਓ ਅੱਛਾ ਅੱਛਾ ਹੋਰ ਰੋਟੀ ਮੈਂ ਬਣਾ ਦਿੰਦੀ ਹਾਂ ਆਟਾ ਗੁੰਨਿਆ ਪਿਆ ਰੋਟੀਆਂ ਦਾ ਕੀ ਹੈ ਠੀਕ ਹੈ ਮੈਂ ਕਿਹਾ ਹੁਣ ਜਾਦੂ ਹੀ ਹੋ ਗਿਆ ਮੈਂ ਕਿਹਾ ਦੀਦੀ ਅੱਜ ਪਤਾ ਨਹੀਂ ਕਿੰਨੇ ਕੰਮ ਕਰ ਦਿੱਤਾ ਮੈਨੂੰ ਨੀਂਦ ਨਹੀਂ ਸੀ ਆਉਂਦੀ ਮੈਂ ਕਿਹਾ ਚੱਲ ਕੀ ਕਰਨਾ ਵਿਹਲਿਆਂ ਨੇ ਬੈਠੇ ਇੱਥੇ ਲੰਮੇ ਹੀ ਬਹਿਣਾ ਚਰਮਪਲ ਫਿਰ ਇੱਦਾਂ ਕਰਦੇ ਆਟਾ ਗੁੰਨਿਆ ਮੈਂ ਰੋਟੀ ਬਣਾ ਲਵਾਂ ਤੂੰ ਕੱਪੜੇ ਪ੍ਰੈਸ ਕਰ ਲਾ ਮਾੜੇ ਜਿਹੇ ਠੀਕ ਹੈ ਮੈਂ ਫਿਰ ਆ ਗ੍ਰੀਨ ਟੀ ਪੀ ਕੇ ਦੀਦੀ ਕਰਦੀ ਹਾਂ ਹਾਂ ਚਲੋ ਉਹ ਪੀ ਲੈਂਦੇ ਫਿਰ ਮੈਂ ਰੋਟੀ ਬਣਾ ਲਵਾਂ ਪਹਿਲਾਂ ਹਾਂ ਸਹੀ ਹੈ ਲਖਵੀਰ ਹਾਂਜੀ ਤੁਸੀਂ ਇੱਦਾਂ ਕਰੋ ਤੁਸੀਂ ਆਪਣੀ ਚਾਹ ਪਾਣੀ ਪੀ ਕੇ ਤਾਂ ਤਿਆਰ ਹੋ ਕੇ ਜਾਵੋ ਮੈਂ ਰੋਟੀਆਂ ਪਕਾ ਲੈਣੀਆਂ ਆਪੇ ਕੋਈ ਨਹੀਂ ਮੈਂ ਕਿੱਥੇ ਖੜੇ ਹੋ ਕੇ ਲੱਗੇ ਰਹੂੰਗੇ ਫਿਰ ਲੱਕ ਦੁਖਣਾ ਪੈਂਦਾ ਮੈਂ ਪਕਾ ਲੈਣੀਆਂ ਕੋਈ ਗੱਲ ਨਹੀਂ ਤੁਸੀਂ ਤਿਆਰ ਹੋ ਜਾਓ ਫਿਰ ਤੁਸੀਂ ਲੇਟ ਹੋ ਜਾਓਗੇ ਆ ਚਲ ਫਿਰ ਰਿੰਪਲ ਬਣਾ ਲਾ ਗ੍ਰੀਨ ਟੀ ਚਲੋ ਫਿਰ ਚਲੋ ਮੈਂ ਪਕਾ ਲੈਣੀ ਆ ਰੋਟੀ ਦੇਖਿਆ ਲੱਗ ਗਿਆ ਮੋਜਾ ਹੈ ਨਾ ਸਹੀ ਗੱਲ ਹੈ ਅੱਜ ਸਾਂ ਮੈਂ ਕਿਹਾ ਹੀ ਸੀ ਤੁਹਾਨੂੰ ਨਾ ਤੁਸੀਂ ਮੰਨਦੇ ਨਹੀਂ ਸੀਗੇ ਇਹ ਮੈਨੂੰ ਲੱਗਦਾ ਨਹੀਂ ਸਿੱਧਾ ਮੰਮੀ ਇੰਨੀ ਫੁਰਤੀ ਕਰ ਹੁਣ ਇਹ ਤਾਂ ਚਲੋ ਛੱਡੋ ਗੱਲਾਂ ਉਹਨੂੰ ਗ੍ਰੀਨ ਟੀ ਤਾਂ ਨਹੀਂ ਨਾ ਲੈ ਲਿਆ ਮੋਰ ਉਹ ਵੀ ਪੀ ਲਈ ਫਿਰ ਤਾਂ ਡੱਬਾ ਨਹੀਂ ਖਤਮ ਕਰ ਦਿੰਦੇ ਹੁਣ ਉਹ ਵੀ ਚੱਲ ਤੂੰ ਬਣਾ ਤਾਂ ਸਹੀ ਚਰਮ ਭਲਾ ਜਾ ਜਲਦੀ ਜਲਦੀ ਫਿਰ ਧੁੱਪ ਬਹੁਤ ਹੋ ਜਾਂਦੀ ਆ ਆਪਾਂ ਪੀ ਕੇ ਗ੍ਰੀਨ ਟੀ ਤਾਂ ਫਿਰ ਤਿਆਰ ਹੋਈਏ ਢਿੱਡ ਬਾਹਰ ਆ ਜਾਂਦਾ ਉਹ ਫਿਰ ਬਾਹਰ ਨੀ ਆਉਂਦਾ ਤਾਂ ਹੀ ਮੰਮਾ ਅਸੀਂ ਇੱਦਾਂ ਫਿੱਟੇ ਆ ਚੱਲ ਤਾਂ ਵਧੀਆ ਉਦਾਂ ਹਾਂਜੀ ਚਲੋ ਪੀ ਲਓ
ਮੰਮੀ ਕਿਤੇ ਅੱਜ ਹੀ ਨਾ ਸਾਰਾ ਢਿੱਡ ਅੰਦਰ ਵਾੜ ਲਵੇ। ਅੱਜ ਜਿਹੜੀਆਂ ਆਪਾਂ ਪੁੜੀਆਂ ਲੁਕੋ ਕੇ ਜਾਈਏ, ਯਾਦ ਵੀ ਰੱਖਿਓ, ਚੇਤਾ ਨੂੰ ਭੁਲਾ ਦਿਓ। ਦੇਖਾਂ ਚਲੀ ਜਾਂਗੀਆਂ ਉੱਪਰ, ਰੋਟੀ ਤਾਂ ਮੈਂ ਫੇਰ ਹੀ ਪਕਾਉਂਦੀ ਹਾਂ। ਹੈ ਤਾਂ ਹੈ ਨਹੀਂ, ਚਲੀਆਂ ਗਈਆਂ, ਕੱਪੜੇ ਕੁੱਪੜੇ ਪ੍ਰੈੱਸ ਕਰਨੇ ਨੂੰ ਟਾਈਮ ਲੱਗ ਜਾ। ਮੈਂ ਵੀ ਗਰੰਟੀ ਪੀ ਲਵਾਂ। ਹਾਂ ਹਾਂ, ਮੈਂ ਵੀ ਪਤਲੀ ਹੋਣਾ ਹੁਣ। ਨਾ ਤਾਂ ਇੱਕ ਨਾ ਕੀ ਬਣਿਆ, ਕੁਛ ਵੀ ਨਹੀਂ, ਤਾਂ ਰੰਗ ਵੀ ਨਹੀਂ ਮੁੜਿਆ। ਨਾ ਤਾਂ ਇੱਦਾਂ ਕਰਦੀ ਹਾਂ, ਹੋਰ ਦੋ ਤਿੰਨ ਪੈਕਟ ਪਾਉਂਦੀ ਹਾਂ, ਨਾਲੇ ਉਹ ਤਾਂ ਅੱਗੇ ਹੀ ਪਤਲੀਆਂ ਪਤਲੀਆਂ, ਤਾਂ ਮੇਰਾ ਤਾਂ ਢਿੱਡ ਕਿੱਡਾ ਹੀ ਆ, ਜ਼ਿਆਦਾ ਪੀਊਂਗੀ ਫਿਰ ਹੀ ਵਿੱਚ ਨੂੰ ਬੜੂ ਢਿੱਡ। ਓ ਨੋ, ਹੋਰ ਪਾਉਂਦੀ ਹਾਂ ਤਿੰਨ ਚਾਰ ਚਾਰ। ਹੁਣ ਗੱਲ ਬਣਨੀ ਆ, ਲੈ ਹੁਣ ਗੱਲ ਬਣੀ, ਹੁਣ ਰੰਗ ਆਇਆ। ਚੱਲ ਪੀ ਕੇ ਦਬ ਦਬ ਤਾਂ ਫਿਰ ਰੋਟੀਆਂ ਪਕਾਉਂਦੀਆਂ। ਨਾ ਇਹ ਫਿੱਕੀ ਆ ਅਤੇ ਨਾ ਮਿੱਠੀ ਆ, ਕੀ ਹੈਗਾ ਇਹ ਭਾਂਡਿਆਂ ਦਾ ਧੋਣ ਜਿਹਾ, ਕਿੱਦਾਂ ਪੀਂਦੀਆਂ ਇਹਨੂੰ ਦੱਸ। ਚਲੋ ਕੋਈ ਨਹੀਂ, ਹੁਣ ਪੀਣੀ ਤਾਂ ਪੈਣੀ ਆ। ਰੋਟੀਆਂ ਤਾਂ ਪੱਕ ਗਈਆਂ, ਗਰਮੀ ਆ ਗਈ, ਪਹਿਲਾਂ ਗਰਮੀ ਸਕਾਰ। ਮੰਮਾ ਚੱਲੇ ਅਸੀਂ ਫਿਰ। ਤੁਸੀਂ ਰੋਟੀ ਨਹੀਂ ਖਾਣੀ? ਨਹੀਂ ਨਹੀਂ ਰੋਟੀ ਨਹੀਂ ਖਾਣੀ, ਅਸੀਂ ਉੱਥੇ ਬਾਹਰੋਂ ਕੁਝ ਖਾ ਲੈਣਾ ਅੱਜ। ਨਹੀਂ ਤਾਂ ਮੈਂ ਬਣਾਈ ਸੀ ਰੋਟੀ। ਚਲ ਕੋਈ ਨਹੀਂ, ਆ ਕੇ ਖਾ ਲਵਾਂਗੇ, ਰਾਤ ਨੂੰ ਖਾ ਲਾਂਗੇ, ਕੋਈ ਨਹੀਂ ਜੇ ਨਾ। ਚੱਲ ਕੋਈ ਨਹੀਂ, ਦੀਦੀ ਆਪਾਂ ਫੋਟੋ ਕੋਈ ਵੀ ਨਹੀਂ ਖਿੱਚੀ, ਇੱਥੇ ਬਾਹਰ ਖਿੱਚਦੇ ਹਾਂ। ਹਾਂ ਸਟੇਟਸ ਤੇ ਲਾਉਂਦੇ ਹਾਂ। ਲਾ ਕੇ ਲਾਉਂਦੇ ਸਟੇਟਸ ਵੀ ਆਪਾਂ। ਚਲੋ ਠੀਕ ਆ। ਹਾਂ ਮੇਰਾ ਫੋਨ ਪਰਸ 'ਚ ਹੀ ਪਾ ਲਾ। ਆ ਲੈ ਤਾਂ ਕਿੰਨੇ ਸੋਹਣੇ ਸੂਟ ਪਾ ਕੇ ਤਾਂ ਫੋਟੋ ਖਿੱਚ ਕੇ ਗਈਆਂ, ਕਹਿੰਦੀਆਂ ਸਟੇਟਸ ਲਾਉਣਾ ਆ। ਕੋਈ ਨਹੀਂ, ਮੈਂ ਵੀ ਅੱਜ ਨਵਾਂ ਸੂਟ ਪਾ ਕੇ ਨਾ ਮੈਂ ਵੀ ਫੋਟੋ ਖਿੱਚਦੀ ਹਾਂ। ਆਹੋ ਕੋਈ ਗੱਲ ਨਹੀਂ। ਫੋਟੋ ਤਾਂ ਹੁਣ ਖਿੱਚ ਲਈਆਂ, ਤਾਂ ਹੁਣ ਮੈਂ ਉਹ ਲਾਵਾਂ ਕਿੱਦਾਂ ਸਟੇਟਸ ਦੇਣਾ, ਉਹ ਤਾਂ ਮੈਨੂੰ ਲਾਉਣਾ ਨਹੀਂ ਆਉਂਦਾ। ਚੱਲ ਇੱਦਾਂ ਕਰਦੀ ਹਾਂ, ਗੁਆਂਢੀਆਂ ਦੀ ਕੁੜੀ ਤੋਂ ਲਵਾ ਆਉਂਦੀ ਹਾਂ। ਕੀ ਕਰਦੇ ਸੀ ਮਾਂ? ਕੁਛ ਨਹੀਂ, ਤੁਸੀਂ ਅੱਜ ਸੂਟ ਮੰਮੀ ਨਵਾਂ ਹੀ ਪਾ ਲਿਆ ਤਾਂ? ਹੋਰ ਕੱਪੜੇ ਧੋਤੇ ਸੀ ਸਾਰੇ, ਮੈਂ ਵੀ ਸਾਰੇ ਕੱਪੜੇ ਧੋਤੇ ਸੀ। ਹੋਰ ਮੈਂ ਧੋ ਸਿੱਟੇ ਸੀ ਤੁਹਾਡੇ ਮੂੰਹਾਂ। ਤੁਸੀਂ ਕੱਪੜੇ ਵੀ ਧੋਣ ਲੱਗ ਪਏ? ਹੋਰ ਮੈਂ ਫਿਰ ਆਹ ਪਾ ਲਿਆ, ਇਹੀ ਸੀਗਾ। ਤੁਸੀਂ ਕੱਪੜੇ ਰਹਿਣ ਦਿੰਦੇ? ਮੈਂ ਧੋ ਹੀ ਲੈਣੇ ਸੀ ਆ ਕੇ। ਕਰਨਾ ਸੀਗਾ, ਵਿਹਲੀ ਸੀ, ਮੈਂ ਕਿਹਾ ਚੱਲ ਧੋ ਦਿੰਦੇ ਹਾਂ। ਤੁਸੀਂ ਅੱਜ ਚੰਗਾ ਕੰਮ ਨੂੰ ਲੱਗੇ, ਇੰਨਾ ਕੰਮ ਨਾਲੇ ਜਾਨ ਚੰਗੀ ਰਹਿੰਦੀ। ਮੈਂ ਆਪਾਂ ਕੱਪੜੇ ਧੋ ਤੁਹਾਡੇ ਲਈ ਸੂਟ ਲਿਆਂਦਾ ਆ ਮੰਮੀ। ਅੱਛਾ ਹਾਂਜੀ, ਸੋਹਣਾ ਮੈਂ ਕਲਰ। ਹਾਂ ਸੋਹਣਾ ਹੀ ਆ ਬੜਾ, ਤੁਸੀਂ ਲੈ ਆਂਦਾ। ਹਾਂ ਵੀ ਦਿਖਾ ਦੇ ਟੌਪ। ਹਾਂ ਤੁਸੀਂ ਟੌਪ ਲੈ ਕੇ ਆਉਂਦੇ। ਅੱਛਾ ਨਹੀਂ ਇਹ ਬਹੁਤ ਸੋਹਣੇ ਆ। ਇਹ ਮੈਂ ਹੁਣ ਚੱਲਦੇ ਆ ਪਜਾਮੀਆਂ ਦੇ ਨਾਲ ਲੈ ਤਾਂ। ਫਿਰ ਮੈਂ ਕਿਹਾ ਐਵੇਂ ਸੂਟ ਤਾਂ ਕਿੰਨੇ ਹੀ ਆ। ਹਾਂ ਸੂਟ ਤਾਂ ਹੁਣ ਕਈ ਸਮਾਏ ਆ, ਇਹ ਫਿਰ ਨਵੇਂ ਆਏ ਸੀ। ਮੈਂ ਕਿਹਾ ਚੱਲ ਇਹ ਲੈ ਲੈਂਦੇ ਆਪਣੇ ਲਈ ਦੋ ਦੋ। ਚਲੋ ਹਾਂਜੀ, ਚਲੋ ਆ ਜਾਓ ਦੀਦੀ ਫਿਰ। ਆ ਵੀ ਉੱਪਰ ਹੀ ਰੱਖ ਦਿਓ ਸੂਟ ਮੇਰਾ ਵੀ। ਪਰਸ ਚੱਕ ਲਓ। ਮੇਲੇ ਸੂਟ ਲੈ ਕੇ ਆਈਆਂ, ਉਹ ਵੀ ਨਹੀਂ ਚੱਜ ਦਾ ਲਿਆਈਆਂ। ਆਪ ਇੰਨੇ ਮਹਿੰਗੇ ਮਹਿੰਗੇ ਟੌਪ ਲੈ ਕੇ ਆਈਆਂ, ਭਲਾ ਮੇਲੇ ਵੀ ਇੱਕ ਇੱਦਾਂ ਦਾ ਲੈ ਆਉਂਦੀਆਂ? ਮੇਰੇ ਕਿਤੇ ਪਏ ਹੋਣ ਲਿਥ ਜਾਣਾ ਸੀਗਾ। ਆਹੋ ਵੀ ਮੈਂ ਕਿਤੇ ਬੁੱਢੀ ਹੋ ਕੇ ਮੇਰੇ ਨਾਲ ਪੈਂਦਾ। ਕੋਈ ਨਹੀਂ, ਤਿਆਰ ਤਾਂ ਮੈਂ ਵੀ ਹੋਈ ਹੋਈ ਹਾਂ, ਮੈਂ ਅੱਜ ਸ਼ਾਮ ਰਸੋਂ ਲੈ ਕੇ ਆਉਂਦੀ ਹਾਂ। ਇਹ ਕੀ ਜਾਣਨਗੀਆਂ ਕਿ ਮਾਂ ਤਾਂ ਨਹੀਂ ਪਾ ਸਕਦੀ। ਚੱਲ ਤਾਂ ਚੱਲ ਇਹਨੂੰ ਤਾਂ ਦੱਸ ਜਾਵਾਂ ਪਹਿਲਾਂ। ਇਹ ਲਖਵੀਰ ਰੈਂਪਲ ਰੈਂਪਲ ਮੰਮੀ ਆਵਾਜ਼ ਮਾਰਦੇ ਆ, ਜੇ ਪਹਿਲਾਂ ਗੱਲ ਸੁਣ ਲਈਏ ਫਿਰ ਕੱਪੜੇ ਚੇਂਜ ਕਰਦੇ। ਮੈਂ ਜਰਕ ਨਾ ਸ਼ਾਮ ਤੱਕ ਅਸੀਂ ਚੱਲੀ ਹਾਂ। ਕੀ ਗੱਲ ਹੋਈ ਅੰਮਾ? ਦੁਆ ਲੈ ਕੇ ਆਉਣੀ ਆ, ਮੇਰੀ ਦੁਆ ਮੁੱਕੀ ਹੋ ਆ।
ਚੱਲ ਕੋਈ ਗੱਲ ਨੀ, ਮੈਨੂੰ ਹੁਣੇ ਚੇਤਾ ਆਇਆ, ਮੈਂ ਬੱਸੇ ਜਾਣਾ, ਬੱਸੇ ਆ ਜਾਣਾ ਆ। ਆਹੋ ਕੋਈ ਗੱਲ ਨੀ, ਮੈਂ ਲੈ ਆਉਣੀ ਆ ਬੱਸੇ, ਬਾਅਦ ਦਾ ਟਾਈਮ ਹੋਇਆ। ਚੱਲ ਦੇਖ। ਆਹੋ ਮੈਸੇਜ ਆਉਂਦਾ ਤੁਹਾਡੇ ਫੋਨ ਤੇ। ਆ ਜਾ ਦੀਦੀ, ਆ ਦੇਖੋ ਬਾਣੀਆਂ ਲਾਈਵ ਹੋਏ ਆ। ਭਾਂਡੇ ਸੀ ਦੋ ਧੋਣ ਬੜੇ, ਮੈਂ ਕਿਹਾ ਧੋਈ ਦਵਾਂ। ਇਹ ਤੇ ਲਾਈਵ ਹੋਈ, ਮੈਸੇਜ ਆਇਆ ਉਹਨਾਂ ਦਾ। ਹਾਂ ਦੇਖੋ ਲਾ ਕੇ, ਸੂਟ ਦਿਖਾਉਂਦੇ ਹੁੰਦੇ ਆ ਲਾਈਵ ਕਰੂ ਕੇ। ਲਾਗੇ ਸ਼ਾਮ ਚ ਅਸੀਂ ਵਿਜੇ ਕਲਾਉਤ ਹਾਊਸ। ਸਿਰਫ ਅੱਜ ਦਾ ਦਿਨ ਸੇਲ ਆ, ਫਿਰ ਸੋਮਵਾਰ ਮੰਗਲਵਾਰ ਬੁੱਧਵਾਰ ਵੀ ਨਾ ਸ਼ੁਕਰ ਉਹੀ ਗੇਮ ਚੱਲਣੀ ਆ। ਸਿਰਫ ਸੋਮਵਾਰ ਕਰਕੇ ਸੇਲ ਆ। ਰੈਂਪਲ ਸੂਟ ਛੱਡ, ਮੰਮੀ ਬੈਠੇ ਹੋਗਾ। ਓ ਨੋ ਮੰਮੀ, ਹਾਂ ਦੇ ਤਾਂ ਲੱਗ ਗਿਆ 300-300 ਰੁਪਏ ਸੂਟ ਆ। ਮੰਮੀ ਤਾਂ ਦਵਾਈ ਲੈਣ ਗਏ ਸੀ। ਓਕੇ ਜੀ, ਇਹ ਹਾਂ ਨਾ ਛੋਟੀ ਬੁੱਟੀ ਰਵੀ, ਇਹ ਉਹ ਵੀ ਟੌਪ ਵੀ ਹੈ ਰੈਂਪਲ। ਹਾਂ 300-300 ਰੁਪਏ ਸੂਟ ਆ ਗਿਆ ਜੀ। ਮੰਮੀ ਟੌਪ ਦੇਖਣ ਲੱਗੇ ਹੋ, ਇਹ ਦਵਾਈ ਲੈਣ ਨਹੀਂ ਗਏ ਫੇ। ਇਹ ਹਾਂ ਮੰਮੀ ਦੇ ਵੀ ਲਾਈਵ ਹੋਇਆ, ਮੇਰੀ ਵਿੱਚੇ ਫੋਟੋ ਆਉਂਦੀ ਹੋਣੀ ਆ। ਇਹ ਕਿੰਨੇ ਦੀ ਗੱਲ ਹੋਈ? ਉਹਨੇ ਕਹਿ ਕੇ ਦਵਾਈ ਗਏ ਇਹ ਮੈਨੂੰ ਲੱਗਦਾ। ਦੀਦੀ ਦੇਖਿਆ, ਮੈਂ ਤੁਹਾਨੂੰ ਕਹਿੰਦੀ ਸੀ ਨਾ ਰੀਸਾ ਕਰਦੇ ਟੌਪ ਹੀ। ਆਪਾਂ ਕਿਹਾ ਨੀ, ਆ ਤਾਂ ਬੈਠੇ ਹੋ ਤਾਂ ਹੈਗੇ ਮੂਹਰੇ। ਆਪਾਂ ਕਿਹਾ ਨੀ ਆਪਾਂ ਟੌਪ ਲੈ ਕੇ ਆਏ ਤੇ ਆਹ ਕਿਆ ਕੀਤਾ ਆ। ਚੱਲ ਕੋਈ ਨਾ ਲੈ ਆਉਣ ਦੇ। ਚੱਲ ਤੂੰ ਇਹ ਛੱਡ, ਤੂੰ ਉਹ ਤਾਂ ਪਹਿਲਾਂ ਫੋਟੋ ਕਰ, ਸਟੇਟਸ ਲਾਈ ਆਪਾਂ। ਕਰ ਦਿੱਤੀਆਂ ਸੀ ਸੈਂਡ? ਕੀਤੀਆਂ ਐਵੇਂ ਸੈਂਡ? ਹਾਂ ਉਹ ਤਾਂ ਸਟੇਟਸ ਤਾਂ ਲਾਈਏ ਪਹਿਲਾਂ। ਲੈ ਲਓ ਫਿਰ ਕੱਪੜੇ ਬਦਲਦੇ ਹਾਂ। ਆਹ ਦੇਖ ਲਓ ਮੋਰੀ, ਮੰਮੀ ਨੇ ਸਟੇਟਸ ਵੀ ਲਾਇਆ ਹੋਇਆ। ਆਪਾਂ ਨੂੰ ਕਹਿੰਦੇ ਮੈਂ ਤਾਂ ਕੱਪੜੇ ਸਾਰੇ ਧੋ ਦਿੱਤੇ ਆ, ਸੂਟ ਹੀ ਹੈ ਨਹੀਂ। ਪਰ ਰੈਂਪਲ ਉਹਨਾਂ ਨੂੰ ਤਾਂ ਲਾਉਣਾ ਨਹੀਂ ਆਉਂਦਾ ਸਟੇਟਸ, ਕਿਸੇ ਤਾਂ ਲਗਾ ਲਿਆ ਹੋਊਗਾ। ਲੰਘਦੇ ਇੱਥੋਂ ਦੀ ਹਰ ਗੱਲ ਸਹੀ ਗੱਲ ਆ, ਆਪਣੇ ਦੇ ਉੱਪਰ ਦੀ ਆ। ਸਾਡੀ ਮਾਤਾ ਕਿਤੇ ਕਿਸੇ ਨਾਲ ਘੱਟ ਘੱਟਿਆ। ਸਹੀ ਗੱਲ, ਲੈ ਅੱਜ ਟੌਪ ਵੀ ਆਇਆ ਲੈ। ਹੋਰ ਦੇਖੋ ਹੁਣ ਪਾ ਕੇ ਜਾਣਾ ਵੀ ਉਹਨੇ। ਚੱਲ ਕੋਈ ਨਾ, ਚੱਲ ਤੂੰ ਕੱਪੜੇ ਬਦਲੀਏ, ਗਰਮੀ ਬੜੀ ਆ।